ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰਗ ਗੁਰ ਪ੍ਰਸਾਦ ਦੋਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਧ ਆਠ ਪਹਿਰ ਗੁਣ ਗਾਵਾ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਲੋਕ ਪ੍ਰਲੋਕ ਦੇ ਸੁਖ ਦੇਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਨਾਲ ਗੁਰੂ ਕੀ ਸੰਗਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਅਪਾਰ ਰਹਿਮਤ ਬਖਸ਼ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਪਾਵਨ ਗੁਰਬਾਣੀ ਵਿਚਾਰਨ ਦਾ ਸਮਾਂ ਸੁਭਾਗ ਪ੍ਰਾਪਤ ਹੋਇਆ ਹੈ। ਆਓ ਸਾਧ ਸੰਗਤ ਸਤਿਗੁਰਾਂ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਅਰਮਤਾ ਕਰੀਏ ਜੀ ਉਚਾਰਨ ਕਰੋ ਸਤਨਾਮ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਕੋ ਸਦਾ ਸਦਾ ਰੰਗ ਮਾਣ ਇਹ ਪਾਵਨ ਸ਼ਬਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਦੇ ਅੰਦਰ ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਬਖਸ਼ ਕਰਦੇ ਹਨ ਹਮਰੀ ਗਣਤ ਨ ਗਣੀਆ ਕਾਈ ਇਸ ਸੰਸਾਰ ਦੇ ਉੱਪਰ ਮਹਾਰਾਜ ਕਿਰਪਾ ਕਰਦੇ ਨੇ ਕਿ ਕੋਈ ਵੀ ਮਨੁੱਖ ਜ਼ਿਆਦਾ ਦੇਰ
ਟਿਕ ਕੇ ਨਹੀਂ ਰਹਿ ਸਕਦਾ। ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹੇ ਮਨੁੱਖ, ਤੂੰ ਆਪਣਾ ਜੀਵਨ ਨੂੰ ਝਾਤੀ ਮਾਰ ਕੇ ਵੇਖ ਕਿ ਤੇਰੇ ਜੀਵਨ ਦੇ ਅੰਦਰ ਪਰਮਾਤਮਾ ਨੇ ਕਿੰਨੀ ਕੁ ਵੱਡੀ ਕਿਰਪਾ ਬਖਸ਼ਿਸ਼ ਕੀਤੀ ਹੈ। ਔਰ ਤੂੰ ਸੰਸਾਰ ਦੇ ਉੱਪਰ ਆਕਰ ਉਸ ਪਰਮਾਤਮਾ ਦਾ ਨਾਮ, ਉਸ ਵਾਹਿਗੁਰੂ ਦੇ ਗੁਣਾਂ ਨੂੰ ਜੀਵਨ ਵਿੱਚ ਚੇਤੇ ਕਰਨਾ ਕਰ, ਤਾਂ ਕਿ ਤੇਰਾ ਜੀਵਨ ਉਸ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਦੇ ਵਿੱਚ, ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਦੇ ਅੰਦਰ ਤੇਰੇ ਗੁਣਾਂ ਦੀ ਕੀਮਤ ਪੈਣੀ ਹੈ। ਮਤ ਸ਼ਰਮਿੰਦਾ ਸੀ ਧੀਵੀ ਸਾਈਂ ਦੇ ਦਰਬਾਰ, ਤੈਨੂੰ ਉਸ ਮਾਲਕ ਦੇ ਵਾਹਿਗੁਰੂ ਦੇ ਦਰਬਾਰ ਦੇ ਅੰਦਰ ਸ਼ਰਮਿੰਦਾ ਨਾ ਹੋਣਾ ਪਵੇ। ਗੁਰਬਾਣੀ ਦੇ ਅੰਦਰ ਸਤਿਗੁਰਾਂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ, ਸਿੱਖ ਨੂੰ ਜਿਉਣ ਜਿਉਣ ਦੀ ਜਾਚ, ਜੀਵਨ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਕਮਾਉਣ ਦੀ ਮਹਾਰਾਜ ਨੇ ਕਿਰਪਾ ਕੀਤੀ ਹੈ। ਬਾਣੀ ਦੇ ਅੰਦਰ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਸੰਸਾਰ ਤੇ ਆਏ ਨੇ। ਸਤਿਗੁਰਾਂ ਜੀ ਨੇ ਸਿੱਖਾਂ ਨੂੰ ਪਾਵਨ ਬਾਣੀ ਦੇ ਉਪਦੇਸ਼ ਦੇ ਨਾਲ ਜੋੜਨਾ ਕੀਤਾ ਹੈ, ਸਿੱਖਾਂ ਨੂੰ ਉਸ ਪਰਮਾਤਮਾ ਦੇ ਨਾਮ ਨਾਲ ਜੋੜਨਾ ਬਖਸ਼ਿਸ਼ ਕੀਤੀ ਹੈ। ਮਹਾਰਾਜ ਨੇ ਸੰਸਾਰ ਦੇ ਉੱਪਰ ਕਰਮ ਕਾਂਡਾਂ ਨੂੰ ਮਹਾਰਾਜ ਨੇ ਰੋਕਣਾ ਕੀਤਾ ਹੈ। ਜਿੱਥੇ ਵੀ ਕੋਈ ਕਰਮ ਕਾਂਡ ਕਰਦਾ ਸੀ, ਭਾਵੇਂ ਉਹ ਕਲਯੁਗੀ ਪਾਂਡਾ ਜਗਨਨਾਥਪੁਰੀ ਦੀ ਧਰਤੀ, ਹਰਿਦੁਆਰ ਦੀ ਧਰਤੀ, ਮਹਾਰਾਜ ਨੇ ਹਰ ਜਗ੍ਹਾ ਤੇ ਜਾ ਕੇ ਉੱਥੋਂ ਦੇ ਲੋਕਾਂ ਨੂੰ ਉਸ ਪਰਮਾਤਮਾ ਦੇ ਨਾਮ ਦਾ ਉਪਦੇਸ਼, ਪਰਮੇਸ਼ਰ ਦੇ ਨਾਮ ਦਾ ਉਜਾਗਰ ਚਾਨਣ ਕਰਕੇ ਮਹਾਰਾਜ ਜੀ ਦੀ ਪਰਮਾਤਮਾ ਨੇ ਭੁੱਲੇ ਭਟਕੇ ਲੋਕਾਂ ਨੂੰ ਰੱਬ ਦੇ ਮਾਰਗ ਤੇ ਪਾਉਣ ਵਾਸਤੇ ਮਹਾਰਾਜ ਨੇ ਪ੍ਰੇਰਿਤ ਕੀਤਾ ਹੈ। ਗੁਰਬਾਣੀ ਅੰਦਰ ਮਹਾਰਾਜ ਨੇ ਬੇਅੰਤ ਇਸ ਤਰੀਕੇ ਦੀਆਂ ਉਦਾਹਰਣਾਂ ਬਖਸ਼ਿਸ਼ ਕੀਤੀਆਂ ਨੇ ਕਿ ਗੁਰੂ ਕੇ ਸਿੱਖੋ, ਪਰਮਾਤਮਾ ਦਾ ਨਾਮ ਜਪ ਕਰਕੇ ਸੰਸਾਰ ਤੋਂ ਸੁਖਰੂ ਹੋ ਜਾਓਗੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹੱਥ ਤੇ ਰੱਖ ਕੇ ਆਪਣੇ ਕੋ ਸਾਥ ਸਦਾ ਸਦਾ ਰੰਗਮਾਣ, ਸਾਚਾ ਸਾਹਿਬ ਸਦ ਮਿਹਰਬਾਨ। ਉਹ ਸੱਚਾ ਪਰਮਾਤਮਾ ਸਦਾ ਮਿਹਰ ਕਰਨ ਵਾਲਾ ਹੈ, ਉਹ ਮਾਲਕ ਪਰਮਾਤਮਾ ਜਿਹੜਾ ਕਦੇ ਕਿਸੇ ਦੇ ਨਾਲ ਵੈਰ ਵਿਰੋਧਤਾ ਨਹੀਂ ਕਰਦਾ, ਉਹ ਜੀ ਦਇਆ ਪਰਵਾਨ, ਜੀਆਂ ਤੇ ਦਇਆ ਕਰਨ ਵਾਲਾ ਪਰਮਾਤਮਾ ਹੈ। ਸਾਚਾ ਸਾਹਿਬ ਸਤ ਮਿਹਰਬਾਨ, ਬੰਧ ਪਾਇਆ ਮੇਰੇ ਸਤਿਗੁਰ ਪੂਰਾ। ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਰਹਿਮਤ ਕੀਤੀ ਤੇ ਜਿਹੜੇ ਮਨੁੱਖ ਦੀਆਂ ਬੰਧ ਖਲਾਸੀਆਂ ਸਨ, ਮਨੁੱਖ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਬੰਧ ਖਲਾਸੀਆਂ ਬੰਧ ਪਾਇਆ ਮੇਰੇ ਸਤਿਗੁਰ ਪੂਰਾ ਹੋਈ ਸਰਬ ਭਲਿਆਣ। ਉਹ ਪਰਮੇਸ਼ਰ ਜਿਹੜਾ ਸਰਬ ਦਾ ਭਾਵ ਸਰਬ ਵਿਆਪਕ,
ਉਹ ਸਾਰਿਆਂ ਥਾਵਾਂ ਤੇ ਸਾਰਿਆਂ ਨੂੰ ਕਿਰਪਾ ਕਰਕੇ ਨਿਵਾਜਣ ਵਾਲਾ, ਸਾਰਿਆਂ ਦੀ ਕਲਿਆਣ ਕਰਨ ਵਾਲਾ ਪਰਮਾਤਮਾ ਆਪ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦਾ। ਆਉਣ ਵਾਲੇ ਸਮੇਂ ਵਿੱਚ ਆ ਰਿਹਾ ਹੈ ਉਹ ਪਟਨਾ ਦੀ ਧਰਤੀ ਹੈ ਜਿੱਥੇ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਸ ਪਟਨਾ ਦੀ ਧਰਤੀ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉੱਥੇ ਪਹੁੰਚਦੇ ਨੇ। ਰਾਜਾ ਜੋਲਸ ਰਾਏ ਜੋਰੀ ਦੇ ਘਰ ਮਹਾਰਾਜ ਉੱਥੇ ਕੁਝ ਸਮਾਂ ਬਤੀਤ ਕਰਦੇ ਨੇ। ਰਾਜੇ ਨੇ ਬੜੀ ਸੇਵਾ ਕੀਤੀ ਤੇ ਮਹਾਰਾਜ ਕੁਝ ਸਮਾਂ ਉੱਥੇ ਰਹਿ ਕੇ ਮਹਾਰਾਜ ਨੇ ਉੱਥੋਂ ਚਾਲੇ ਪਾਏ ਨੇ ਤੇ ਰਾਜਾ ਆ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰਾ ਮਨ ਨਹੀਂ ਕਰਦਾ ਤੁਹਾਨੂੰ ਮੈਂ ਜਾਣ ਦਿਆਂ। ਮਹਾਰਾਜ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਦਸਵੇਂ ਜਾਮੇ ਦੇ ਵਿੱਚ ਤੁਹਾਡੇ ਘਰ ਅਸੀਂ ਆ ਕੇ ਨਾ ਆਪ ਆਵਾਂਗੇ ਤੇ ਅਵਤਾਰ ਧਾਰਾਂਗੇ। ਉਹ ਮਹਾਰਾਜ ਨੇ ਵਚਨ ਜਿਹੜਾ ਹੈ ਪੂਰਾ ਕੀਤਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਗ ਪਟਨ ਦੀ ਧਰਤੀ ਤੋਂ ਚਲੇ ਜਾਂਦੇ ਨੇ। ਸਮਾਂ ਆ ਗਿਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਾ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਾਤਾ ਗੁਜਰ ਕੌਰ, ਮਾਮਾ ਕਿਰਪਾਲ ਚੰਦ, ਇਤਿਹਾਸ ਕਹਿੰਦਾ ਹੋਰ ਵੀ ਸਿੱਖ ਨਾਲ ਨੇ। ਮਹਾਰਾਜ ਇਸ ਬਾਗ ਪਟਨ ਦੀ ਧਰਤੀ ਤੇ ਪਹੁੰਚਦੇ ਨੇ। ਰਾਜੇ ਨੇ ਬੜੀ ਬੜੀ ਸੇਵਾ ਕੀਤੀ ਇਹਨਾਂ ਦੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਸਾਮ ਵੱਲ ਸਿੱਖੀ ਪ੍ਰਚਾਰ ਦੇ ਦੌਰੇ ਤੇ ਚਲੇ ਜਾਂਦੇ ਨੇ। ਸਤਿਗੁਰਾਂ ਜੀ ਦਾ ਸਾਰਾ ਜੀਵਨ ਪ੍ਰਚਾਰ ਤੇ ਹੈ। ਮਹਾਰਾਜ ਨੇ ਸਿੱਖੀ ਦਾ ਵੱਧ ਪ੍ਰਚਾਰ ਕੀਤਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਧਾਰਨ ਤੋਂ ਪਹਿਲਾਂ ਆਪ ਕਹਿ ਕੇ ਗਏ ਨੇ ਵੀ ਇਹਨਾਂ ਦਾ ਨਾਮ ਬਾਲਕ ਗੋਬਿੰਦ ਰਾਏ ਰੱਖਿਓ। ਇਸੇ ਤਰ੍ਹਾਂ ਮਹਾਰਾਜ ਜੀ ਘਰ ਕਿਰਪਾ ਹੁੰਦੀ ਹੈ ਅਕਾਲ ਪੁਰਖ ਪਰਮੇਸ਼ਰ ਦੀ। ਸੰਨ 1666 ਈਸਵੀ ਨੂੰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਅਵਤਾਰ ਜਿਹੜਾ ਅਵਤਾਰ ਮਹਾਰਾਜ ਧਾਰਨ ਕਰਦੇ ਨੇ। ਮਾਤਾ ਗੁਜਰ ਕੌਰ ਜੀ ਕੁੱਖ ਨੂੰ ਭਾਗ ਲੱਗਦੇ ਨੇ। ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਇਕੱਤਰ ਹੁੰਦੀਆਂ ਨੇ ਉਸ ਅਕਾਲ ਪੁਰਖ ਪਰਮਾਤਮਾ ਦਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ ਵੀ ਪਟਨੇ ਨੇ ਧਰਤੀ ਨੂੰ ਭਾਗ ਲੱਗਦੇ ਨੇ। ਇਹ ਕੋਈ ਆਮ ਅਵਤਾਰ ਨਹੀਂ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਧਾਰਨ ਤੋਂ ਬਾਅਦ ਮਹਾਰਾਜ ਅਸਾਮ ਵੱਲ ਸਿੱਖੀ ਦਾ ਪ੍ਰਚਾਰ ਕਰਦੇ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਜਦੋਂ ਮਹਾਰਾਜ ਜੀ ਦਾ ਕੁਝ ਸਮਾਂ ਬਾਗ ਪਟਨ ਦੀ ਧਰਤੀ ਤੇ ਰਹਿੰਦੇ ਨੇ, ਉਧਰ ਕੜਾਮ ਨਗਰ ਜਿਹੜਾ ਹੈ ਪੰਜਾਬ ਦੀ ਧਰਤੀ ਤੋਂ ਪੀਰ
ਉਸ ਨੂੰ ਜਦੋਂ ਪਤਾ ਲੱਗਿਆ ਉਹ ਪੱਛਮ ਵੱਲ ਰੋਜ਼ ਨਮਾਜ਼ ਜਿਹੜਾ ਹੈ ਅਦਾ ਕਰਦਾ ਹੈ। ਉਹਨੂੰ ਜਦੋਂ ਪਤਾ ਲੱਗ ਗਿਆ ਕਿ ਅੱਜ ਜੋ ਦੁਨੀਆਂ ਦਾ ਪੈਗੰਬਰ ਜਿਹੜਾ ਹੈ ਉਹ ਦੂਸਰੇ ਪਾਸੇ ਅਵਤਾਰ ਧਾਰਨ ਕੀਤਾ ਹੈ, ਉਹ ਉਧਰੋਂ ਨੂੰ ਛੱਡ ਕੇ ਉਸ ਪਾਸੇ ਜਿਹੜਾ ਸਿਜਦਾ ਕਰਦਾ ਹੈ ਤੇ ਮਨ ਵਿੱਚ ਤੜਪ ਉੱਠੀ ਵੀ ਉਹਨਾਂ ਦੇ ਜਾ ਕੇ ਦਰਸ਼ਨ ਕੀਤੇ ਜਾਣ, ਪੰਜਾਬ ਦੀ ਧਰਤੀ ਤੋਂ ਚੱਲ ਕੇ ਪਟਨੇ ਦੀ ਧਰਤੀ ਤੇ ਪਹੁੰਚਦਾ ਹੈ। ਅਰਜੋਈ ਕੀਤੀ ਸਾਨੂੰ ਬਾਲਕ ਪੀਰ ਪੈਗੰਬਰ ਦੇ ਦਰਸ਼ਨ ਕੀਤੇ ਜਾਣ ਕਰਾਏ ਜਾਣ। ਇੱਕ ਵਾਰ ਨਹੀਂ ਦੋ ਵਾਰ ਨਹੀਂ ਮਨ ਉਸਨੇ ਹੱਟ ਕਰ ਲਏ ਵੀ ਮੈਂ ਦਰਸ਼ਨ ਕੀਤੇ ਤੋਂ ਬਗੈਰ ਨਹੀਂ ਜਾਣਾ। ਹੁਣ ਇਹਦੇ ਮਨ ਵਿੱਚ ਸੰਸਾ ਵੀ ਹੈ, ਇਹਨੇ ਦੋ ਜਿਹੜੇ ਨੇ ਪਿਆਲੇ ਲੈ ਲਏ ਕਟੋਰੇ ਲੈ ਲਏ ਉਹ ਹੱਥਾਂ ਤੇ ਇੱਕ ਇੱਕ ਚੱਕ ਕੇ ਨਾ ਵੀ ਇਹ ਜਿਹੜਾ ਬਾਲਕ ਹੈ ਇਹ ਹਿੰਦੂ ਧਰਮ ਦਾ ਰਾਖੀ ਕਰੇਗਾ ਜਾਂ ਇਸਲਾਮ ਧਰਮ ਦੀ। ਉਹਨੇ ਕਟੋਰੇ ਨੇ ਹਿੰਦੂ ਧਰਮ ਨੂੰ ਮੰਨਿਆ, ਦੂਸਰੇ ਨੇ ਇਸਲਾਮ ਧਰਮ ਮੰਨਿਆ। ਇੱਕ ਕੋਲ ਤਾਂ ਮਨ ਦਾ ਇੱਕ ਖਿਆਲ ਸੀ, ਜਦੋਂ ਗੁਰੂ ਗੋਬਿੰਦ ਰਾਏ ਦੇ ਦਰਸ਼ਨ ਕਰਵਾਏ ਗਏ, ਗੁਰੂ ਗੋਬਿੰਦ ਰਾਏ ਨੇ ਉਹਨਾਂ ਦੋਨਾਂ ਤੇ ਹੱਥ ਰੱਖ ਦਿੱਤੇ ਤੇ ਮਨ ਦਾ ਜਿਹੜਾ ਸੰਕਲਪ ਦੂਰ ਹੋ ਗਿਆ। ਇੱਕ ਨਹੀਂ ਇਹ ਦੋਨਾਂ ਧਰਮਾਂ ਵਾਸਤੇ ਆਇਆ ਹੈ, ਦੋਨਾਂ ਧਰਮਾਂ ਦੀ ਰੱਖਿਆ ਕਰੇਗਾ। ਇਹ ਦੋਨਾਂ ਧਰਮਾਂ ਦੀ ਰੱਖਿਆ ਕਰੇਗਾ, ਇਸ ਕਰਕੇ ਉਸ ਦਾ ਪੀਰ ਦਾ ਜਿਹੜਾ ਪੀਰ ਸੀ ਨਾ ਉਹਦੇ ਮਨ ਦਾ ਸੰਸਾ ਇਸ ਤਰ੍ਹਾਂ ਦੂਰ ਕੀਤਾ। ਤੇਰੇ ਕਮਨ ਕਮਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਰੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਕਲਗੀਧਰ ਪਾਤਸ਼ਾਹ ਮਹਾਰਾਜ ਤੇਰੇ ਬਹੁਤ ਵੱਡੇ ਪਰ ਉਪਕਾਰ ਨੇ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਓ। ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤ ਕੁਰਬਾਨ। ਜਿਸ ਮਾਲਕ ਨੇ ਜੀਆਂ ਨੂੰ ਪੈਦਾ ਕੀਤਾ ਹੈ ਉਹ ਪਰਮਾਤਮਾ ਆਪਣੇ ਆਪ ਉਹਨਾਂ ਜੀਆਂ ਦੀ ਰੋਜੀ ਦਾ ਪ੍ਰਬੰਧ ਵੀ ਕਰੇਗਾ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਹੈ, ਜਲਮੇ ਜੰਤ ਉਪਾਇਆ ਜਿੰਨਾ ਪੇ ਰੋਜੀ ਦੇ। ਉਹ ਪਰਮੇਸ਼ਰ ਜਿਹੜਾ ਹੈ ਉਹ ਸਾਰਿਆਂ ਨੂੰ ਰੋਜੀ ਬਖਸ਼ਣ ਵਾਲਾ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਪਨ ਦੇ ਅੰਦਰ ਜੋ ਬਾਲ ਲੀਲਾ ਮਹਾਰਾਜ ਨੇ ਰਚਨਾ ਕੀਤੀ ਹੈ, ਰਾਣੀ ਮੈਣੀ ਦੇ ਘਰ ਔਲਾਦ ਨਹੀਂ, ਉਹਨਾਂ ਨੂੰ ਔਲਾਦ ਦਾ ਸੰਸਾ ਦੂਰ ਕੀਤਾ ਬਾਲ ਗੋਬਿੰਦ ਰਾਏ ਜੀ ਨੇ। ਬਹੁਤ ਪਰ ਉਪਕਾਰ ਕੀਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਪਨ ਦੇ ਅੰਦਰ। ਸਤਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਅਸਾਮ ਦੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। 5 ਸਾਲ ਦੇ ਬਾਲ ਗੋਬਿੰਦ ਰਾਏ ਹੋਏ ਨੇ ਜਦੋਂ ਮਹਾਰਾਜ ਜੀ ਵਾਪਸ ਪਰਤੇ ਨੇ, ਉਹਨਾਂ ਦੇ ਬਚਪਨ ਦੇ ਅੰਦਰ ਬਾਲਕ ਲੀਲਾ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ
ਰਾਜ ਸਭਾ ਜਿਹੜੀ ਹੈ ਖੇਡਣਾ ਮੁਕਾਬਲੇ ਕਰਵਾਉਣੇ ਇਸ ਤਰੀਕੇ ਦੇ ਮਹਾਰਾਜ ਦਾ ਬਚਪਨ ਜਿਹੜਾ ਹੈ ਉਹ ਬਤੀਤ ਹੋਇਆ ਹੈ। ਉਹਨਾਂ ਦੇ ਫੈਸਲੇ ਆਪ ਕਰਨੇ ਕਿਉਂਕਿ ਜੀਵਨ ਦੇ ਵਿੱਚ ਉਹਨਾਂ ਨੇ ਬੜੇ ਪਰਉਪਕਾਰ ਜੀਵਨ ਵਿੱਚ ਵੀ ਛੋਟੀ ਉਮਰ ਵਿੱਚ ਵੀ ਬਹੁਤ ਕੀਤੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਜਿਹੜਾ ਹੈ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਹੱਥੀ ਗੁਰੂ ਕੀ ਸਿੱਖੀ ਦੀ ਦਾਤ ਵੀ ਦਿੱਤੀ ਹੈ। ਮਹਾਰਾਜ ਜੀ ਨੂੰ ਪੜ੍ਹਾਈ ਕਰਾਈ, ਬਹੁਤ ਸਾਰੀਆਂ ਵਿਦਵਤਾਵਾਂ ਵੀ ਮਹਾਰਾਜ ਜੀ ਨੇ ਕਿਰਪਾ ਕਰਕੇ ਬਖਸ਼ ਕੀਤੀਆਂ ਨੇ। ਬੰਦ ਆਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ, ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਤਿ ਕੁਰਬਾਨ। ਆਪਣੇ ਸੇਵਾ ਦੀ ਉਹ ਪਰਮਾਤਮਾ ਪੈਜ ਆਪ ਰੱਖਿਆ ਕਰਦਾ ਹੈ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਤੂੰ ਕੈਸਾ ਪਾਵੈ, ਬੋਲ ਨਾ ਜਾਣੇ ਮਾਇਆ ਮਤ ਮਾਤਾ ਮਰਨਾ ਜੀਤ ਨਾ ਆਵੈ। ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤੇਰੇ, ਤੇਰੇ ਸੇਵਕ ਕੋ ਭਉ ਕੁਛ ਨਾਹੀ ਜਮ ਨਹੀਂ ਆਵੈ ਨੇਰੇ, ਜੋ ਤੇਰੇ ਰੰਗ ਰਤੇ ਸੁਆਮੀ ਤਿਨਕਾ ਜਨਮ ਭਰਨ ਮਰਨ ਤੂੰ ਨਾਸਾ। ਜਿਹੜੇ ਤੇਰੇ ਨਾਮ ਦੇ ਵਿੱਚ ਰਤੇ ਜਾਂਦੇ ਨੇ ਉਹ ਜਨਮਾਂ ਮਰਨਾ ਜਨਮ ਮਰਨ ਦਾ ਉਹਨਾਂ ਦਾ ਗੇੜ ਕੱਟਿਆ ਜਾਂਦਾ ਹੈ। ਤੁਹਾਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਉਹ ਇੱਕ ਬਹੁਤ ਹੀ ਸੰਘਰਸ਼ਮਈ ਹੈ। ਉਹਨਾਂ ਨੇ ਜੀਵਨ ਵਿੱਚ ਵੀ ਪਰਉਪਕਾਰ ਕੀਤੇ ਤੇ 9 ਸਾਲ ਦੀ ਉਮਰ ਦੇ ਅੰਦਰ ਆ ਕੇ ਆਪਣੇ ਪਿਤਾ ਨਾਲ ਸ਼ਹਾਦਤ ਵੱਲ ਤੁਰਦੇ ਨੇ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦੇ ਜੀਵਨਾਂ ਤੋਂ ਸਾਨੂੰ ਜਿਹੜਾ ਹੈ ਸੇਧ ਲੈ ਕੇ ਜੀਵਨ ਦੇ ਵਿੱਚ ਜੋ ਮਹਾਰਾਜ ਜੀ ਦੀ ਗੁਰਸਿੱਖੀ ਧਾਰਨ ਕਰਕੇ ਅਸੀਂ ਜੀਵਨ ਵਿੱਚ ਉਸ ਪਰਮਾਤਮਾ ਦਾ ਨਾਮ ਨੂੰ ਕਮਾ ਸਕਾਂਗੇ। ਜੀਵਨ ਵਿੱਚ ਕਾਮਯਾਬੀ ਤਾਂ ਸਾਡੀ ਹੋਵੇਗੀ ਅਸੀਂ ਗੁਰੂ ਕੀ ਸਿੱਖੀ ਨੂੰ ਧਾਰਨ ਕਰਾਂਗੇ, ਗੁਰੂ ਕੀ ਬਾਣੀ ਨੂੰ ਪੜ੍ਹਾਂਗੇ, ਗੁਰੂ ਕੀ ਬਾਣੀ ਨੂੰ ਵਿਚਾਰ ਕਰਾਂਗੇ, ਆਪ ਬਾਣੀ ਪੜ੍ਹ ਕੇ ਜੀਵਨ ਵਿੱਚ ਕਾਮਯਾਬੀ ਸਾਨੂੰ ਤਾਂ ਪ੍ਰਾਪਤ ਹੋਏਗੀ ਜੀ ਅਸੀਂ ਬਾਣੀ ਦੇ ਧਾਰਨੀ ਬਣ ਕੇ ਨੱਚਣ ਦੀ ਕਲਾ ਵਾਲਾ ਸਾਡਾ ਜੀਵਨ ਬਣੇ, ਦੇ ਧਾਰੀ ਪਖੰਡੀ ਡੰਮੀਆਂ ਦਾ ਗੁਰੂਆਂ ਦਾ ਖਹਿੜਾ ਛੱਡਾਂਗੇ। ਜਦੋਂ ਅਸੀਂ ਦੇ ਧਾਰੀਆਂ ਵਾਲੇ ਪਾਸੇ ਤੁਰ ਪੈਂਦੇ ਹਾਂ ਤੇ ਜੀਵਨ ਦਾ ਜਿਹੜਾ ਸਾਡਾ ਅੰਤ ਹੋ ਜਾਂਦਾ। ਇਸ ਕਰਕੇ ਗੁਰੂ ਕੇ ਸਿੱਖੋ ਆਪ ਬਾਣੀ ਪੜ੍ਹਨਾ ਵੀ ਆਪਣੇ ਘਰ ਵਿੱਚ ਗੁਰੂ ਦੀ ਸਿੱਖੀ ਆਪ ਲਿਆਓ। ਜਦੋਂ ਸਾਡੇ ਪਰਿਵਾਰ ਵਿੱਚ ਗੁਰੂ ਕੀ ਬਾਣੀ ਦੀਆਂ ਗੱਲਾਂ ਹੋਣਗੀਆਂ, ਗੁਰੂ ਕੀ ਬਾਣੀ ਨੂੰ ਅਸੀਂ ਪੜ੍ਹਾਂਗੇ ਨਾ, ਫਿਰ ਸਾਡੇ ਉੱਤੇ ਕਰਮ ਕਾਂਡ ਕੋਈ ਅਸਰ ਨਹੀਂ ਕਰ ਸਕੇਗਾ। ਕਰਮ ਕਾਂਡ ਸਾਡੇ ਤੇ ਤਾਂ ਅਸਰ ਕਰਦਾ ਜਦੋਂ ਅਸੀਂ ਬਾਣੀ ਨਾਲ ਆਪਣੀ ਹੋਂਦ ਨਾਲ ਟੁੱਟ ਜਾਂਦੇ ਹਾਂ, ਪਰਮੇਸ਼ਰ ਤੇ ਭੁੱਲਿਆ ਵੀ ਆਪਾਂ ਸਭੇ ਰੋਗ ਪਰਮੇਸ਼ਰ ਨਾਲ ਭੁੱਲ ਕੇ ਕਈ ਰੋਗ ਕਈ ਚਿੰਤਾਵਾਂ ਜਿਹੜੇ ਮਾਨਸਿਕ ਰੋਗ ਸਾਡੇ ਮਨ ਨੂੰ ਲੱਗ ਜਾਂਦੇ ਨੇ ਨਾ, ਉਹ ਕਾਰਨ ਇਹ ਹੈ ਵੀ ਅਸੀਂ ਰੱਬ ਪਰਮਾਤਮਾ ਨਾਲ ਟੁੱਟ ਜਾਂਦੇ ਹਾਂ, ਗੁਰੂ ਕੀ ਬਾਣੀ ਨਾਲ ਟੁੱਟ ਜਾਂਦੇ ਹਾਂ। ਜਦੋਂ ਬਾਣੀ ਦੇ ਨਾਲ ਜੁੜਾਂਗੇ ਨਾ, ਜਿਵੇਂ ਖੇਤੀ ਨੂੰ ਪਾਣੀ ਮਿਲੇਗਾ ਤੇ ਖੇਤੀ ਹਰੀ ਭਰੀ ਪ੍ਰਫੁੱਲਤ ਰਹੇਗੀ, ਇਸੇ ਕਾਰਨ ਜਿਵੇਂ ਮਨੁੱਖ ਨੂੰ ਮਨੁੱਖ ਤੇ ਮਨ ਨੂੰ ਬਾਣੀ ਦਾ ਜਲ ਮਿਲੇਗਾ ਨਾ, ਬਾਣੀ ਰੂਪ ਜਲ ਇਸ ਮਨੁੱਖ ਦੇ ਮਨ ਨੂੰ ਮਨ ਰੂਪੀ ਖੇਤੀ ਨੂੰ ਮਿਲੇਗਾ,
ਫਿਰ ਮਨੁੱਖ ਦੀ ਜਿਹੜੀ ਮਨ ਰੂਪੀ ਖੇਤੀ ਹੈ ਕਦੇ ਸੁੱਕੇ ਗਈ ਨਹੀਂ, ਕਦੇ ਕੁਮਲਾਏ ਗਈ ਨਹੀਂ। ਆਪਣੇ ਗੁਰੂਆਂ ਆਪਣੇ ਵੱਡ ਵਡੇਰਿਆਂ ਨੂੰ ਚੇਤੇ ਕਰੇਗੀ ਕਿ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕਿੱਡੇ ਵੱਡੇ ਪਰਉਪਕਾਰ ਕੀਤੇ ਨੇ, ਉਹਨੂੰ ਸਦਾ ਵਾਸਤੇ ਜਿਹੜਾ ਹੈ ਚੇਤੇ ਕਰੇਗੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸਾਰੀ ਜੀਵਨੀ ਪਰਉਪਕਾਰਾਂ ਤੇ ਹੈ। ਬਚਪਨ ਤੋਂ ਲੈ ਕੇ ਮਹਾਰਾਜ ਜੀ ਦਾ ਬਚਪਨ ਵੀ ਕੈਸਾ ਇੱਕ ਅਨੋਖੀ ਖੇਡ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਧਾਰਨ ਜਿਹੜਾ ਸੰਸਾਰ ਤੇ ਆਉਣਾ ਤੇ ਮਹਾਰਾਜਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡੇ ਪਰਉਪਕਾਰ ਸਾਡੇ ਤੇ ਕੀਤੇ ਨੇ, ਸਾਨੂੰ ਹਮੇਸ਼ਾ ਉਹ ਯਾਦ ਰੱਖਣੇ ਚਾਹੀਦੇ ਨੇ। ਅਸੀਂ ਉਹ ਪਰਉਪਕਾਰਾਂ ਨੂੰ ਭੁੱਲ ਕੇ ਨਾ ਜੀਵਨ ਵਿੱਚ ਤਾਂ ਕਾਮਯਾਬੀ ਅਸੀਂ ਕਰ ਸਕਾਂਗੇ ਜੇ ਅਸੀਂ ਗੁਰੂ ਦੇ ਪਰਉਪਕਾਰਾਂ ਨੂੰ ਹਮੇਸ਼ਾ ਯਾਦ ਰੱਖਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸਿਧਾਂਤਾਂ ਦੇ ਅਨੁਸਾਰ ਜੀਵਨ ਨੂੰ ਅਸੀਂ ਬਦਲਣ ਦਾ ਯਤਨ ਕਰੀਏ, ਖੰਡੇ ਦੇ ਪੌਲ ਛਕੀਏ। ਜਿਹੜੇ ਸਾਡੇ ਸਤਿਗੁਰਾਂ ਜੀ ਨੇ ਕਿੰਨੀ ਮੁਸ਼ਕਲ ਦੇ ਨਾਲ ਸਾਨੂੰ ਖੰਡੇ ਦੇ ਪੌਲ ਬਖਸ਼ ਕੇ ਨਿਵਾਜਿਆ, ਖੰਡੇ ਦੇ ਪੌਲ ਛਕ ਕੇ ਗੁਰੂ ਵਾਲੇ ਬਣੀਏ, ਨਸ਼ਿਆਂ ਤੋਂ ਬਚੀਏ। ਅੱਜ ਨਸ਼ਿਆਂ ਦੇ ਦੌਰ ਵਿੱਚ ਮਨੁੱਖ ਗੁਲਤਾਨ ਹਨ, ਨਸ਼ਿਆਂ ਦੇ ਅਧੀਨ ਹੋ ਕੇ ਮਨੁੱਖ ਐਸੇ ਭੈੜੇ ਕੰਮ ਕਰ ਦਿੰਦਾ ਕਿ ਆਪਣਾ ਸਾਰਾ ਕੁਝ ਲੁਟਾ ਬੈਠਦਾ। ਨਸ਼ੇ ਦਾ ਬਚਣ ਦਾ ਕਾਰਨ ਇੱਕੋ ਹੈ, ਸਰਬ ਰੋਗ ਕਾ ਔਖਤ ਨਾਮ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜ ਜਾ ਗੁਰੂ ਕੇ ਸਿੱਖਾ, ਤੇਰੇ ਪਰਿਵਾਰ ਵਿੱਚ ਸਦਾ ਵਾਸਤੇ ਸੁੱਖ ਆ ਜਾਏਗਾ, ਤੇਰਾ ਪਰਿਵਾਰ, ਤੇਰਾ ਮਹੱਲਾ, ਤੇਰਾ ਸਮਾਜ ਅੱਜ ਸਦਾ ਸੁਖੀ ਹੋ ਜਾਏਗਾ ਜੇ ਤੂੰ ਗੁਰੂ ਕੀ ਬਾਣੀ ਨਾਲ ਜੁੜ ਗਿਆ। ਇਸ ਕਰਕੇ ਗੁਰੂ ਕੇ ਸਿੱਖੋ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪੁੱਤਰ ਬਣੀਏ ਔਰ ਭੈਣਾਂ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਧੀਆਂ ਬਣੋ, ਕਿਉਂਕਿ ਸਮੇਂ ਦਾ ਦੌਰ ਪਤਾ ਨਹੀਂ ਕਿੱਧਰ ਨੂੰ ਜਿਹੜਾ ਹੈ ਬਦਲ ਜਾਂਦਾ। ਵਿਆਹ ਸ਼ਾਦੀਆਂ ਦੇ ਵਿੱਚ ਜਿਸ ਤਰ੍ਹਾਂ ਗੁਰਸਿੱਖ ਰਹਿਤ ਮਰਿਆਦਾ ਹੈ, ਉਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਆਨੰਦ ਹੋਣੇ ਚਾਹੀਦੇ ਨੇ। ਗੁਰੂ ਕੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਜੇ ਅਸੀਂ ਗੁਰੂ ਕੀ ਰਹਿਤ ਮਰਿਆਦਾ ਤੋਂ ਉਲਟ ਕੰਮ ਕਰਦੇ ਹਾਂ ਨਾ, ਉਹ ਮਰਿਆਦਾ ਤੋਂ ਬਾਹਰ ਜਿਹੜੇ ਕੰਮ ਨੇ ਉਹ ਕਦੇ ਰਾਸ ਨਹੀਂ ਆਇਆ ਕਰਦੇ। ਇਸ ਕਰਕੇ ਭਾਈ ਜੋ ਰਹੇ ਸੋਈ ਭਲ ਮੰਨੋ, ਜਿਹੜੀ ਸਾਡੇ ਗੁਰੂ ਨੇ ਗੱਲ ਕਹਿ ਦਿੱਤੀ ਨਾ, ਗੁਰੂ ਨੇ ਬਚਨ ਕਹਿ ਦਿੱਤਾ, ਉਹਨੂੰ ਸੱਤ ਕਰਕੇ ਮੰਨਣਾ ਕਰੀਏ ਤਾਂ ਸਾਡਾ ਜੀਵਨ ਵਿੱਚ ਕਾਮਯਾਬੀ ਹੈ ਔਰ ਗੁਰੂ ਕੀ ਬਾਣੀ ਆਪਣੇ ਜੀਵਨ ਵਿੱਚ ਵਸਾ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।